जय गुरुदेव जय भीम कांछी टीवी देख रहे सारे दर्शकों का स्वागत है। मैं एस के बैंस लैके हाजिर हाँ प्रोग्राम बेगमपुरा। जिस तरह दर्शकों तुम जानते हो कि इस प्रोग्राम जरिए असी उन्हां शख्सियतों को तुहाडे सामने करते हैं जिहड़े साडे समाज लई किसी ना किसी जरिए योगदान पा रहे हैं ते साडे जिहड़े रहिवणा दे दसे मार्ग आ जां उन्हां वल्लों जिहड़ियां लिखियां लिखतां आ जां उन्हां दे जिहड़े सुपने सन उन्हां नूं साकार करन लई जिन्ना भी हो सके उन्हां सहयोग पा रहे हैं। सो अज साडे नाल साडे स्टूडियो विच मौजूद ने पंजाब दे प्रसिद्ध गायक जसवंत हीरा जी, जिन्हां वल्लों हुण तक श्री गुरु रविदास महाराज डॉक्टर भीम राव अंबेदकर जी उन्हां दी जीवनी उत्ते उन्हां दा जिहड़ा जीवन का संघर्ष सी जां उन्हां दीआं जिहड़ियां लिखतां सी उहदे उत्ते काफ़ी गाने ये गाए जा चुके हैं। तो असी इत्थे मैं दर्शकों ना यह भी एक गल सांझी करन विच अपने आप नूं कह सकदा कि बनती है गल ये सांझी करनी कि जिथे वख-वख जिहड़े साडे संत महापुरश आ जां साडे होर समाज विचों उपर उठ के गए लोग आ उस समाज के जिहड़े हितां लई लड़ाई लड़ रहे आ जां साडे जिहड़े साडे रहिवर आ उहनां दे जिहड़े दसे मार्ग आ उहदे उत्ते चलण लई लोकां नूं प्रेरित कर रहे आ। उत्थे ही कुछ जिहड़े नौजवान आ आपां सारे जाणदे आ कि साडे जिहड़े नौजवान आ उह किते ना किते ये जिहड़े साडे रहिवर आ उहनां वल ज़्यादा उहनां दी जिहड़ी लिखतां आ जां उहदे वल तवज्जो नहीं दिंदे। सो जिहड़े सिंगर ने साडे पंजाब दे जां साडे समाज दे जिहड़े मिशनरी सिंगर ने उह किते ना किते अपने गीतां राहीं उस नौजवान पीढ़ी नूं अपने रहिवरां दे जिहड़े दसे मार्ग उहदे नाल जोड़न दी कोशिश करदे आ। तो उसे जिहड़ी इक कोशिश विच अपना योगदान पा रहे ने जसवंत हीरा जी। पहले तां भाजी कांछी टीवी दा तुहाडा बहुत बहुत स्वागत है। जय गुरुदेव जय भीम। ਭਾਜੀ ਤੁਸੀਂ ਪਹਿਲਾਂ ਆਪਣੇ ਬਾਰੇ ਮੈਨੂੰ ਥੋੜ੍ਹੀ ਜਾਣਕਾਰੀ ਦਿਓ ਕਿ ਤੁਸੀਂ ਜਿਹੜੀ ਇਹ ਗਾਇਕੀ ਦੀ ਸ਼ੁਰੂਆਤ ਆ ਉਹ ਕਦੋਂ ਅਤੇ ਕਿਵੇਂ ਕੀਤੀ? ਇਹ ਬਹਿਣ ਸਾਹਿਬ ਗੱਲ ਇੱਦਾਂ ਹੈ ਜੀ, ਇਹ ਕੋਈ ਵੀ ਸਿੰਗਰ ਨਾਮਵਰ ਸਿੰਗਰ ਜਦੋਂ ਬਣਦਾ ਆ ਉਹਨੂੰ ਸਭ ਤੋਂ ਪਹਿਲਾਂ ਕੁਝ ਨਾ ਕੁਝ ਨਾਲ ਉਹਦੇ ਨਾਲ ਵਾਪਰਦਾ ਆ, ਉਹਨੂੰ ਜਦੋਂ ਸ਼ੌਂਕ ਪੈਦਾ ਹੁੰਦਾ ਨਾ। ਸੋ ਜੋ ਮੇਰਾ ਸ਼ੌਂਕ ਹੈ ਗਾਇਕੀ ਦਾ, ਮੈਂ ਸਭ ਤੋਂ ਪਹਿਲਾਂ ਜਦੋਂ ਸ਼ੁਰੂ ਕੀਤਾ ਜੀ ਇਹ ਉਦੋਂ ਪਿੰਡਾਂ ਵਿੱਚ ਆਮ ਸੁੱਖਾ ਰਾਮ ਸਰੋਵਾ ਜੀ ਉਹਨਾਂ ਦੇ ਡਰਾਮੇ ਹੁੰਦੇ ਸਨ ਜੀ, ਪ੍ਰਸਿੱਧ ਕਾਫੀ ਆਲ ਓਵਰ ਮੇਰੇ ਖਿਆਲ ਨਾਲ ਵਰਲਡ ਵਿੱਚ ਉਹ ਕਾਫੀ ਪ੍ਰਸਿੱਧ। ਹਾਂਜੀ ਹਾਂਜੀ, ਕਾਫੀ ਪ੍ਰਸਿੱਧ ਜੀ ਉਹਨਾਂ ਦੇ ਡਰਾਮੇ ਹੁੰਦੇ ਸਨ। ਸੋ ਮੈਂ ਜਦੋਂ ਕੋਈ ਕੰਮ ਕਰਦਾ ਸੀ ਜਦੋਂ ਪਹਿਲਾਂ ਮੈਂ ਜਿਹੜੀ ਪਹਿਲਾਂ ਮੇਰੀ ਲਾਈਨ ਸੀ ਜੀ ਉਹ ਡਾਕਟਰੀ ਲਾਈਨ ਸੀ, ਮੇਰੇ ਚਾਚਾ ਜੀ ਡਾਕਟਰ ਸ਼ਿੰਦਰਪਾਲ ਜੀ, ਮੈਂ ਉਹਨਾਂ ਕੋਲ ਡਾਕਟਰੀ ਕਰਦਾ ਸੀ। ਜਦੋਂ ਮੈਂ ਦੁਕਾਨ 'ਤੇ ਬਹਿੰਦਾ ਸੀ ਤਾਂ ਮੈਨੂੰ ਵੀ ਜਦੋਂ ਮੁੰਡੇ ਮੇਰੇ ਨਾਲ ਦੇ ਸਾਡੇ ਨਾਲ ਦੇ ਸਾਥੀ ਜਦੋਂ ਜਾਂਦੇ ਸੀ ਡਰਾਮਾ ਦੇਖਣਾ, ਮੈਨੂੰ ਵੀ ਉਹ ਚੇਟਕ ਪਈ ਆਪਣੇ ਖਾਸ ਕਰ ਪਿੰਡਾਂ ਵਿੱਚ ਇਹ ਦਰਸ਼ਕਾਂ ਨੂੰ, ਕਿਉਂਕਿ NRI ਵੀਰ ਸਾਡੇ ਜਿਹੜੇ ਤਾਂ ਪਹਿਲਾਂ ਤੋਂ ਉੱਥੇ ਪੰਜਾਬ ਨਾਲ ਜੁੜੇ ਉਹ ਤਾਂ ਕਾਫੀ ਜਾਣਦੇ ਕਿ ਸਾਡੇ ਪਿੰਡਾਂ ਵਿੱਚ ਆਮ ਖਾਸ ਜਦੋਂ ਗਰਮੀਆਂ ਦੇ ਖਾਸ ਕਰ ਜਦੋਂ ਜਿਹੜੇ ਧਾਰਮਿਕ ਸਥਾਨਾਂ 'ਤੇ ਮੇਲੇ ਵਗੈਰਾ ਹੁੰਦੇ ਆ ਤਾਂ ਉੱਥੇ ਇੱਕ ਡਰਾਮੇ ਕਰਵਾਏ ਜਾਂਦੇ ਆ ਜਿਹਦੇ ਵਿੱਚ ਆਪਾਂ ਕਿਸੇ ਵੀ ਧਾਰਮਿਕ ਆਪਣੇ ਜਿਹੜੇ ਗੁਰੂ ਪੀਰ ਆ ਉਹਨਾਂ ਦੀ ਲਾਈਫ ਬਾਰੇ ਜਾਂ ਹੋਰ ਕੋਈ ਜਿਹੜੇ ਸਮਾਜਿਕ ਮੁੱਦੇ ਉਹਨੂੰ ਲੈ ਕੇ ਡਰਾਮੇ ਕਰਵਾਏ ਜਾਂਦੇ ਅਤੇ ਸਾਡੇ ਪਿੰਡਾਂ ਵਿੱਚ ਖਾਸ ਕਰ ਨੌਜਵਾਨ ਜਿਹੜੇ ਆ ਉਹ ਇਕੱਠੇ ਹੋ ਕੇ ਦੂਰ ਦੂਰ ਦੁਰਾਡੇ ਜਿਹੜੇ ਪਿੰਡ ਆ ਉੱਥੇ ਵੀ ਇਹ ਡਰਾਮੇ ਦੇਖਣ ਜਾਂਦੇ ਆ। ਜੀ ਜੀ ਜੀ, ਉਹਨਾਂ ਨੂੰ ਦੇਖ ਕੇ ਮੈਨੂੰ ਵੀ ਛੋਟਾ ਸ਼ੌਕ ਪੈਦਾ ਹੋਇਆ, ਮੈਂ ਸੁੱਖਾ ਰਾਮ ਸਰੋਵਰ ਦਾ ਡਰਾਮਾ ਦੇਖਣ ਲਗਾਤਾਰ ਕਾਫੀ ਡਰਾਮੇ ਦੇਖੇ ਮੈਂ। ਸੋ ਸੁੱਖਾ ਰਾਮ ਨੂੰ ਸੁਣ ਕੇ ਸੋ ਮੇਰੇ ਮਨ ਵਿੱਚ ਵੀ ਮੈਂ ਥੋੜ੍ਹਾ ਪਹਿਲਾਂ ਗਾਉਂਦਾ ਹੁੰਦਾ ਸੀ, ਮੇਰੇ ਘਰ ਗਾਈ ਜਾਣਾ ਕੋਈ ਬਾਥਰੂਮ 'ਚ ਗਾ ਲਿਆ ਜਾਂ ਕਿਤੇ ਗਾ ਲਿਆ ਨਾ ਅਤੇ ਸੰਗ ਦਾ ਬਹੁਤ ਜ਼ਿਆਦਾ ਹੁੰਦਾ ਸੀ ਮੈਂ ਅਤੇ ਮੈਂ ਗਾਈ ਜਾਣਾ ਅਤੇ ਮੈਨੂੰ ਉਹ ਸੁੱਖਾ ਰਾਮ ਜੀ ਨੂੰ ਸੁਣ ਕੇ ਮੈਂ ਸਾਰਾ ਇਹ ਆਪਣੀ ਦੁਕਾਨ 'ਤੇ ਬੈਠ ਬੈਠ ਮੈਂ ਵੀ ਗਾਉਣਾ ਸ਼ੁਰੂ ਕੀਤਾ। ਫਿਰ ਮਨ ਵਿੱਚ ਖਿਆਲ ਆਇਆ ਕਿ ਆਪਾਂ ਕਿਉਂ ਨਾ ਆਪਾਂ ਵੀ ਆਪਾਂ ਜੋ ਇਹ ਡਰਾਮਾਟਿਕ ਕਲੱਬ ਬਣਾਈਏ। ਸੋ ਮੇਰੇ ਪਿੰਡ ਦੇ ਬਹੁਤ ਮੇਰੇ ਨਾਲ ਮੈਂਬਰ ਜੁੜੇ ਅਤੇ ਅਸੀਂ ਸਾਰਿਆਂ ਨੇ ਰਲ ਕੇ ਇੱਕ ਮੈਂਬਰ ਇਹ ਪਹਿਲਾਂ ਪਿੰਡ ਦਾ ਨਾਂ ਦੱਸ ਦਿਓ ਸਾਡੇ ਦਾ। ਮੇਰਾ ਪਿੰਡ ਸੰਧਵਾ ਜੀ, ਸੰਧਵਾ ਪਰਾਲਾ ਨਾ। ਸੋ ਸਾਡੇ ਰਾਮ ਲਾਲ ਜਖਮੀ ਸਾਹਿਬ ਕਾਫੀ ਡਰਾਮੇ ਦੇ ਸ਼ੌਕੀਨ ਸਨ, ਉਹਨਾਂ ਦੇ ਨਾਲ ਸਾਡੀ ਇੱਕ ਟੀਮ ਤਿਆਰ ਕੀਤੀ ਡਰਾਮੇ ਦੀ ਔਰ ਅਸੀਂ ਇਹ ਰਹਿਸ ਸ਼ੁਰੂ ਕੀਤੀ ਡਰਾਮੇ ਦੀ ਜੀ। ਸੋ ਉਹ ਹੌਲੀ ਹੌਲੀ ਕਰਦੇ ਜੀ ਜੋ ਡਰਾਮੇ ਸਟੇਸ਼ਨ ਮੇਰੇ ਬਾਕੀ ਮੈਂਬਰ ਦੇ ਜੀ ਸਾਰੇ ਸਾਡੇ ਤੋਂ ਅਲੱਗ ਹੋ ਗਏ ਸੀ, ਕਿਸੇ ਦਾ ਸ਼ੌਕ ਸਾਰੇ ਖਤਮ ਹੋ ਗਏ। ਸੋ ਮੈਨੂੰ ਇਹ ਜਿਹੜਾ ਸ਼ੌਕ ਸੀ ਇਹ ਗਾਇਕੀ ਦਾ ਅਤੇ ਮੈਂ ਨਹੀਂ ਛੱਡਿਆ ਜੀ, ਸਾਰੇ ਮੇਰੇ ਵੀਰ ਇਕੱਲੇ ਇਕੱਲੇ ਹੋ ਗਏ ਔਰ ਮੈਂ ਇਹ ਆਪਣੇ ਇਸ ਲਾਈਨ ਵੱਲ ਆ ਗਿਆ ਜੀ ਨਾ, ਗਾਇਕੀ ਵੀ ਲਾ ਗਿਆ ਔਰ ਮੈਂ ਸੁੱਖਾ ਰਾਮ ਜੀ ਸੁਣ ਸੁਣ ਕੇ ਕਾਫੀ ਮੈਂ ਉਹਨਾਂ ਦੇ ਗੀਤ ਗਾਉਣੇ ਕੁਛ ਮੈਂ ਇਹਦਾ ਗੀਤ ਤਿਆਰ ਕਰਕੇ ਤਾਂ ਮੈਂ ਫਿਰ ਮੈਨੂੰ ਗਾਉਣਾ ਸ਼ੁਰੂ ਕੀਤਾ ਜੀ। ਸੋ ਜੇ ਮੈਂ ਗੱਲ ਕਰਾਂ ਕਿਉਂਕਿ ਤੁਸੀਂ ਹੁਣ ਦੇਖਿਆ ਹੋਣਾ ਕਿ ਜਿਹੜੇ ਖਾਸ ਕਰ ਆਪਣੀ ਨੌਜਵਾਨ ਪੀੜ੍ਹੀ ਆ, ਖਾਸ ਕਰ ਆਪਣੇ ਸਮਾਜ ਦੀ ਜਿਹੜੇ ਆਪਣੇ ਲੋਕ ਆ, ਉਹ ਕਿਤੇ ਨਾ ਕਿਤੇ ਇਹ ਜਾਂ ਤਾਂ ਮੂਸੇ ਵਾਲੇ ਦੇ ਫੈਨ ਆ ਜਾਂ ਬੱਬੂ ਮਾਨ ਦੇ ਫੈਨ ਆ, ਅਤੇ ਜ਼ਿਆਦਾਤਰ ਕਲਾਕਾਰ ਵੀ ਜਿਹੜੇ ਉੱਠਦੇ ਆ ਉਹ ਉਸੇ ਹੀ ਲੈਣ ਵਾਲੇ, ਜਿਹੜੇ ਉੱਦਾਂ ਦੇ ਮਾਰ ਧਾੜ ਵਾਲੇ ਗੀਤ ਹੋ ਗਏ ਜਾਂ ਹਥਿਆਰਾਂ ਵਾਲੇ ਗੀਤ ਹੋ ਗਏ ਉਹਨਾਂ ਵਾਲੀ ਜ਼ਿਆਦਾ ਜਿਹੜੀ ਤਵੱਜੂ ਦਿੰਦੇ ਆ। ਅਤੇ ਇੱਕ ਤੁਸੀਂ ਜਿੱਦਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਬਾਰੇ ਹੋ ਗਏ ਜਾਂ ਉਹਨਾਂ ਦੀ ਜੀਵਨੀ ਬਾਰੇ ਹੋ ਗਏ ਜਾਂ ਆਪਣੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਹੁਣੀ ਹੋ ਗਏ ਉਹਨਾਂ ਦੀ ਜੀਵਨੀ ਬਾਰੇ ਤੁਸੀਂ ਕਾਫੀ ਗੀਤ ਹੁਣ ਤੱਕ ਗਾ ਚੁੱਕੇ ਹੋ। ਸੋ ਆਪਾਂ ਜਿਹੜੇ ਬਾਕੀ ਸਵਾਲ ਆ ਉਹਦੀ ਚਰਚਾ ਆਪਾਂ ਬਾਅਦ ਵਿੱਚ ਕਰਾਂਗੇ। ਅਤੇ ਤੁਸੀਂ ਇੱਕ ਤੁਹਾਡਾ ਗੀਤ ਸੀ ਬੜਾ ਫੇਮਸ ਹੋਇਆ ਸੀ ਕਿਉਂਕਿ ਸਾਡੇ ਪ੍ਰੋਗਰਾਮ ਦਾ ਨਾਮ ਵੀ ਬੇਗਮਪੁਰਾ ਆ, ਅਤੇ ਤੁਹਾਡੇ ਗੀਤ ਦਾ ਵੀ ਨਾਮ ਬੇਗਮਪੁਰਾ ਸੀ, ਤਾਂ ਮੈਂ ਤੁਹਾਨੂੰ ਗੁਜ਼ਾਰਿਸ਼ ਕਰਦਾ ਕਿ ਸਾਡੇ ਦਰਸ਼ਕਾਂ ਦੇ ਜਿਹੜਾ ਉਹ ਗੀਤ ਆ ਉਹਦੇ ਥੋੜ੍ਹਾ ਬਹੁਤ ਜਾਣਕਾਰੀ ਦਿਓ ਕਿ ਕਿਹਨਾਂ ਦਾ ਲਿਖਿਆ ਆ ਅਤੇ ਉਹ ਗੀਤ ਦੇ ਦੋ ਬੋਲ ਜ਼ਰੂਰ ਹੋ ਜਾਣ।
हाँ जी तुसी गल की अजकल नौजवान पीढ़ी की कि कोई किसी का गाना सुन रहा कोई किसी का गाना सुन रहा पर मैनू शुरू तो ही ऐसी सतगुरों की कृपा हुई कि मैं अपना जो ध्यान है वो इन्हों के चरणों में ही रखिया सतगुरों के चरणों के और बाबा साहब डॉक्टर अंबेडकर जी उन्हों कुर्बानियों याद रखे और मैं सारा कुछ इन्होंने गाया और इन्हों का गाया सो कोशिश है मेरी कि आप सतगुरों के रजा के रही है जी। सो सब तो पहले मैं एक गल मैं कहनी भूल गया सर जी मैं शुक्रगुजार हाँ साढ़े एक कांची टीवी देख रहे सारे दर्शक भी जिन्होंने और साढ़े बैंस साहब और कांची टीवी की पूरी टीम जिन्होंने मैं दर्शकों के रूबरू होने का मौका दिता है जी। मैं एक मेरा बहुत एक शब्द गाया जी मैं साढ़े गुरमुख लहार साहब उन्होंने लिखा शब्द सगा जी धन धन सतगुर उदास महाराज जी जो वो हाकमा की कचहरी जिन्होंने बुलाते हैं सुबह सतगुर जी उन्होंने मूहरे अपने एक ललकार के हिख ठो के उन्होंने जवाब देंगे अपनी कौम के बारे वह जी गाँव सगा जी मैं थोड़ा थोड़ा जहा गा के सुना दिना जी इस तरह गाँव सगा जी वो उन्होंने बेगमपुरे की गल की मैं बेगमपुरा अपनी कौम लिए बसाना है जी मैं बेगमपुरे की गल कर लगा जी वो शब सगा जी हो राजे बिच कचहरी कहते ललकार के सतगुरु रविदास प्यारे आखण बंगार के नफरत दी जड़ मैं पुटनी नफरत दी जड़ मैं पुटनी बढ़ना है प्यार में बेगमपुर वाला सुपना करना साकार में बेगमपुर वाला सुपना करना साकार में बेगमपुर वाला सुपना हो सुती हुई कौम जगौनी शंख बजावांगा ओ कौम दा बच्चा बच्चा शेर बनावांगा गुरमुख लुहारा वालिया गुरमुख लुहारा वालिया ओ खालस चमार में बेगमपुर वाला सुपना करना साकार में बेगमपुर वाला सुपना। सो बहुत वधिया भाजी जिस तरह मैं दर्शकों नूं पहला दस्या सी कि जिहड़े साडे बाकी संत महापुरश ने जां होर साडे समाज सेवी ने अपने समाज विच जिहड़े वध चढ़ के उस नूं उस वे जिहड़ियां कुरीतियां इहनूं दूर करन वेले लगे होए आ उत्ते ही मैं गल कीती सी कि जिहड़े पंजाबी सिंगर ने साडे जिहड़े साडे समाज नाल जुड़े होए सिंगर आ जां साडे रहिणा वी गाउंदे आ उहनां दा वड्डा योगदान है। सो आ गीत राहीं उह साफ हुंदा कि देखो गीत नाल कोई भी नौजवान जदों अपने समाज दा इह गीत अपने रहिणा बारे सुणदा तां इक वक्खरी तरहां दा उहदे विच जोश आउंदा आ। सो इदां दा लोड़ आ क्योंकि जदों अपने बखरी तरह का जोश आ नौजवान पीढ़ी अपने रैवरा बारे जानने की उत्सुकता होंगी है कि असि उन्होंने बारे जानिए जीवनी बारे पढ़िए। सो भाजी हम अगला सवाल मेरा थोड़ा यही है कि फैमिली वालों थोड़ा किदा सपोर्ट रहा फैमिली में कौन कौन ने। सो जी सब तो पहला तो जी मैं शुक्रगुजार हाँ साढ़े क्योंकि जेडे सानू पालते हैं पोसते हैं साढ़े साढ़े फादर साहब साढ़े माता जी और मेरे वीर जी जी असी तीन भरा जी दो भैन साढ़े अपने घर सिट रहे जी है ना मेरे बड़े वीर जसवीर लाल जी सो मेरे तो होर बड़े वीर है जी बलबीर हीरा जी और मेरे बहुत सहयोग है जी मैनू सारे परिवार का है ना बहुत परिवार में कोई है कोई जो इस लाइन में हो सिंगिंग की गल की जाए ज राइटर की गल की किसी सहयोग उन्होंने मिलता हो जी। हाँ जी जरूर मेरे मेरे तो बड़े जी मेरे बलबीर जी जो कि कीबोर्ड क्लीयर करते हैं तो बड़े सानू बड़ी यानी कि सौख होंगी कोई भी कंपोजिशन करनी होंगी कोई भी कोई तैयारी करनी होंगी ना असं घर बैठ के जिदा बड़ा भी करती है जी है ना बड़ा मैं सहयोग मिलता हुण तक जिन्ने तुहाडे गीत आ चुके आ क्योंकि जो भी आपां अपने समाज की जेकर मैं गल करा तां उस विच जदों आपां उठ के आपां जाणदे आ कि ज्यादातर जिहड़ा अपना तबका आ उह हले भी गरीबी नाल जूझ रहा आ। जिवें तुहाडे गीतां की गल करां जिस तरह तुसीं शुरुआत कीती गायकी दी ते जिस तरह तुसीं दस्सिया कि पहले तुहाडा डॉक्टरी पेशा सी उस तों बाद जदों तुसीं गीतां की शुरुआत कीती तां उस विच क्योंकि इहदे पिछे कोई भी गीत करना आपां सारे जाणदे आ कि पैसा बहुत लगदा आ जी जी। सो तुहानूं जिहड़ी जिहड़ी माली सहायता सीगी उहदे विच तुहाडे परिवार का कितना सहयोग सी जां तुहाडे किहड़े उह सहयोगी ने जां तुहाडे जान पहचान वाले ने जिन्हां ने तुहाडे बैग ते हाथ रख्या ते जिहड़े तुहाडे जिहड़े गीत आ जां जिहड़ी तुहाडियां गीतां दी वीडियो वगैरह क्योंकि खर्चा काफ़ी आउंदा उह खर्चा काफ़ी आउंदा उह जिहड़ा सारा ही उह मेनटेन कीता जी। देखो जी साडे एन आर आई भरा उन्हां दा बहुत ज़्यादा मैनूं सहयोग है जी मेरे परिवार का बहुत ज़्यादा सहयोग है और मेरे बहुत ही सत्कार जो मेरे वड्डे वीर शिव हीरा जी यूएसए जिहड़े कि बहुत अच्छे गीतकार भी मेरे ख्याल गीतकार भी ने क्योंकि मैं तुहाडे गीत सुने सन उहनां विच इहनां दा नाम आ रिहा हाँ जी हाँ जी बहुत अच्छे गीतकार ने उहनां दा मैनूं बहुत बहुत सारा सहयोग है जी मेरे गाणे लई और मेरे वड्डे वीर शामा जी बहुत अच्छे
परशोत्तम कनेडा और मेरे बहुत ही सत्कार मेरे वीर इंद्रजीत घुमण साहब बहुत अच्छे संगीत प्लेयर ने और बहुत अच्छे राइटर ने जी उन्होंने बहुत सारे कलाकार उन्होंने गीत गाया जी उन्होंने मेरा उन्होंने बहुत सारा सहयोग है जी मैंने और होर भी बहुत सारे मेरे वीर ने जिन्हों के मैं नाम थोड़ा समय की भी घाट है और आप जानते हैं ना और मैंने याद भी नहीं चलो मैं शुक्र गुजार हूँ सारे वीर जिन्होंने मेरा सहयोग किया जिस तरह हम गल की जो शैव हीरा ने यूएसए तो उन्होंने गीत भी लिखे हो कौन मेरी दे सुते हुए भाग जगाउंदे सी हो सुन लो सारे सुन लो ए गल्ला इतिहास दिया नहीं रीसा नहीं रीसा मेरे गुरु रविदास दिया कौन करूगा रीसा दसो गुरु रविदास दिया हो जुतियां गंढण वाला लोग मौके दे कहंदे सी शिव हीरे ओदे तक के कौतिक चरनी पेंदे सी हो आसा पूरियां कीतियां उसने सब दास दिया नहीं रीसा ओ कौन करूगा रीसा दसो गुरु रविदास दिया बहुत बढ़िया जी जिस तरह तुसी गल कीती के ਸਤਿਗੁਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦੀ ਰੀਸ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਜੋ ਉਹ ਸਾਡੇ ਲਈ ਕਰ ਗਏ ਜੋ ਸਾਡੇ ਸਮਾਜ ਲਈ ਕਰ ਗਏ ਮੈਨੂੰ ਨਹੀਂ ਲੱਗਦਾ ਕੋਈ ਅੱਗੇ ਜਾ ਕੇ ਵੀ ਕੋਈ ਉਨਾ ਕਰ ਸਕਦਾ ਜੇ ਆਪਾਂ ਉਹਦਾ 5% ਵੀ ਕਰ ਦਈਏ ਤਾਂ ਮੈਨੂੰ ਲੱਗਦਾ ਕਿ ਜਿਹੜੇ ਉਹਨਾਂ ਦੇ ਸੁਪਨੇ ਦੇਖੇ ਹੋਏ ਆ ਉਹ ਸਾਕਾਰ ਹੋ ਜਾਣਗੇ ਕਿਉਂਕਿ ਉਹਨਾਂ ਨੇ ਆਪਣਾ ਸਭ ਕੁਛ ਵਾਰ ਕੇ ਇੱਥੋਂ ਤੱਕ ਵੀ ਆਪਣਾ ਪਰਿਵਾਰ ਤੱਕ ਵਾਰ ਦਿੱਤਾ ਸਿਰਫ ਆਪਣੀ ਕੌਮ ਲਈ ਕਿਉਂਕਿ ਅਸੀਂ ਜਦੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਾਂ ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਦੀ ਜੀਵਨੀ ਪੜ੍ਹਦੇ ਹਾਂ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉਸ ਸਮੇਂ ਦੇ ਜਿਹੜੇ ਹਾਕਮ ਆ ਜਾਂ ਉਸ ਸਮੇਂ ਦੇ ਜਿਹੜੇ ਇਹ ਅਮੀਰ ਲੋਕ ਸੀ ਉਹਨਾਂ ਵੱਲੋਂ ਉਹਨਾਂ ਨੂੰ ਕਾਫ਼ੀ ਵੱਡੇ ਵੱਡੇ ਲਾਲਚ ਵੀ ਦਿੱਤੇ ਗਏ ਸਨ ਕਿ ਤੁਸੀਂ ਇਸ ਪਾਸਿਓਂ ਹਟ ਕੇ ਜਿਹੜਾ ਕੋਈ ਵੀ ਜਿਹੜਾ ਗਲਤ ਇੱਕ ਉਸ ਸਮੇਂ ਦੀ ਚਾਲ ਚੱਲ ਰਹੀ ਆ ਉਹਦੇ ਨਾਲ ਰਲ ਜਾਓ ਕਿਉਂਕਿ ਤੁਹਾਡੇ ਪਿੱਛੇ ਕਾਫ਼ੀ ਲੋਕ ਆ ਸੋ ਪਰ ਸਾਡੇ ਰਹਿਬਰਾਂ ਨੇ ਉਹਨਾਂ ਨੂੰ ਉਸ ਅਮੀਰੀ ਨੂੰ ਠੁਕਰਾ ਕੇ ਪੈਸੇ ਤੇਲੀ ਨੂੰ ਠੁਕਰਾ ਕੇ ਸਿਰਫ ਤੇ ਸਿਰਫ ਆਪਣੇ ਸਮਾਜ ਬਾਰੇ ਸੋਚਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਸਾਡਾ ਸਮਾਜ ਆ ਜੇ ਉਹ ਉਸ ਲੜਾਈ ਨੂੰ ਜਿਹੜਾ ਜਾਰੀ ਰੱਖਣਾ ਆ ਤਾਂ ਉਸ ਲਈ ਸਾਨੂੰ ਕੁਰਬਾਨੀਆਂ ਕਹਿਣਗੇ ਹਮੇਸ਼ਾ ਆਪਾਂ ਜਾਣਦੇ ਹਾਂ ਕਿ ਕੋਈ ਵੀ ਜਦੋਂ ਕੋਈ ਸੰਘਰਸ਼ ਚੱਲਦਾ ਉਹਦੇ ਵਿੱਚ ਕੁਰਬਾਨੀ ਦੀ ਜ਼ਰੂਰਤ ਹੁੰਦੀ ਹੈ ਸਾਡੇ ਰਹਿਬਰ ਕੁਰਬਾਨੀਆਂ ਦੇ ਕੇ ਗਏ ਆ ਅਤੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਜੇ ਅੱਜ ਅਸੀਂ ਆਹ ਸੋਹਣੇ ਸੋਹਣੇ ਕੱਪੜੇ ਪਾ ਕੇ ਜਾਂ ਇਸ ਅਹੁਦਿਆਂ ਉੱਤੇ ਜਾ ਕੇ ਬੈਠੇ ਹਾਂ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਸਾਡੇ ਰਹਿਬਰਾਂ ਦਾ ਆ ਜੀ 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 ਪਰ ਇੱਥੇ ਇੱਕ ਦੁੱਖ ਵਾਲੀ ਗੱਲ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਜਿਹੜੇ ਲੋਕ ਆ ਜਿਹੜੇ ਸਾਡੇ ਸਮਾਜ ਵਿੱਚੋਂ ਉੱਠ ਕੇ ਜਾਂਦੇ ਆ ਜਾਂ ਜਿਹੜੇ ਸਾਡੇ ਸਮਾਜ ਨੂੰ ਹੱਕ ਮਿਲੇ ਆ ਸਾਡੇ ਰਹਿਬਰਾਂ ਕਰਕੇ ਉਹਨਾਂ ਦਾ ਫਾਇਦਾ ਉਠਾ ਕੇ ਅੱਗੇ ਜਾਂਦੇ ਆ ਪਰ ਕਿਤੇ ਨਾ ਕਿਤੇ ਜਾ ਕੇ ਉਹ ਭੁੱਲ ਜਾਂਦੇ ਆ ਸਾਡੇ ਸਮਾਜ ਨੂੰ ਜੀ ਜੀ ਪਰ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੇ ਸਮਾਜ ਪ੍ਰਤੀ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਜਿਹਨਾਂ ਕਰਕੇ ਆਪਾਂ ਬਣੇ ਹਾਂ ਕੁਛ ਉਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਚਲੋ ਮੁੱਲ ਹੀ ਉਹਨਾਂ ਦਾ ਜਿਹੜਾ ਮੋੜ ਬਣਦਾ ਆ ਠੀਕ ਹੈ ਸੋ ਆਪਾਂ ਜੀ ਅਗਲਾ ਸਵਾਲ ਮੇਰਾ ਤੁਹਾਨੂੰ ਇਹੀ ਹੈ ਕਿ ਜਿਹੜੇ ਤੁਸੀਂ ਹੁਣ ਤੱਕ ਗੀਤ ਗਾਏ ਆ ਜੀ ਜਿਸ ਤਰ੍ਹਾਂ ਤੁਸੀਂ ਕਈ ਗੀਤਕਾਰਾਂ ਦੇ ਪਹਿਲਾਂ ਵੀ ਨਾਂ ਲਏ ਆ ਹਾਂਜੀ ਹਾਂਜੀ ਤੇ ਜੇ ਮੈਂ ਗੱਲ ਕਰਾਂ ਕਿਉਂਕਿ ਇਹ ਤੁਹਾਡਾ ਇੱਕ ਗੀਤ ਸੀ ਡਿਊਟ ਗੀਤ ਵੀ ਆਇਆ ਸੀਗਾ ਜੀ ਜੀ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕਿ ਉਹ ਗੀਤ ਕਿਹੜਾ ਨਾਂ ਤੁਸੀਂ ਗਾਇਆ ਸੀ ਤੇ ਇਹ ਜੇ ਤੁਹਾਨੂੰ ਯਾਦ ਹੋਵੇ ਤਾਂ ਕਿਹੜੇ ਸੰਨ ਵਿੱਚ ਆਇਆ ਸੀ ਉਹ ਗੀਤ ਹਾਂਜੀ ਇੱਕ ਮੈਂ ਡਿਊਟ ਗੀਤ ਗਾਇਆ ਸੀ ਜੀ ਅਲਮਸ ਦੇਸਰਪੁਰੀ ਸਾਹਿਬ ਔਰ ਬਿੰਦਰਪੁਰੋੜੀ ਉਹਨਾਂ ਦਾ ਇਹ ਲਿਖਿਆ ਗੀਤ ਸੀਗਾ ਜੀ ਕੰਗਣ ਇਸ ਗੀਤ ਨੂੰ ਬਹੁਤ ਪਿਆਰ ਮਿਲਿਆ ਜੀ ਔਰ ਮੈਡਮ ਸੁਨੀਤਾ ਪੱਟੀ ਜੀ ਉਹਨਾਂ ਦੇ ਨਾਲ ਮੈਂ ਹਾਂ ਜੀ ਇਹ ਮੈਂ ਗੀਤ ਰਿਕਾਰਡ ਕਰਵਾਇਆ ਸੀਗਾ ਜੀ ਹੁਣ ਤੁਸੀਂ ਗੀਤ ਬਾਰੇ ਪੁੱਛਿਆ ਮੈਨੂੰ ਥੋੜ੍ਹਾ ਯਾਦ ਕਰਨਾ ਪਊਗਾ ਜੀ ਨਾ ਅਤੇ ਮੈਨੂੰ ਉਹ ਕੰਗੜ ਦੀ ਗੱਲ ਕੀਤੀ ਜਿਹਦੇ ਵਿੱਚ ਆਪਾਂ ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਉਹਨਾਂ ਨੇ ਗੰਗਾ ਮਾਤਾ ਨੂੰ ਕੰਗਣ ਭੇਟ ਕੀਤਾ ਨਾ ਜਦੋਂ ਉਹ ਪੰਡਿਤ ਜੀ ਉਹ ਕੰਗਣ ਲੈ ਕੇ ਆਉਂਦੇ ਉਹਨਾਂ ਦੇ ਮਨ 'ਚ ਖੋਟ ਆ ਜਾਂਦੀ ਹੈ ਨਾ ਖੋਟ ਆ ਕੇ ਉਹ ਕੰਗਣ ਆਪਣੀ ਰਾਣੀ ਦੇ ਮੂਹਰੇ ਰੱਖ ਦਿੰਦੇ ਔਰ ਰਾਜੇ ਨੂੰ
ਦਦਾਣ ਦੀ ਰਾਣੀ ਨੂੰ ਕੰਗਣ ਪਸੰਦ ਆਉਂਦਾ ਨਾ ਉੱਥੇ ਉਹ ਤੇ ਉਹ ਆਪਾਂ ਸਾਰੇ ਉਸ ਬੈਸਟ ਸਟੋਰੀ ਇੱਥੇ ਦੱਸਣ ਦੀ ਲੋੜ ਨਹੀਂ ਆਪਾਂ ਸਾਰੇ ਜਾਣਦੇ ਆ ਨਾ ਹਾਂਜੀ 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 ਉਹ ਮੈਨੂੰ ਹੁਣ ਮੈਂ ਸਭ ਗੀਤ ਯਾਦ ਕਰਨਾ ਚਲੋ ਨਹੀਂ ਚਲੋ ਇਹ ਅਸੀਂ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ YouTube ਉੱਤੇ ਜਾ ਕੇ ਕੰਗਣ ਗੀਤ ਭਰ ਕੇ ਜਸਵੰਤ ਹੀਰਾ ਭਰ ਕੇ ਤੇ ਤੁਸੀਂ ਉਹ ਗੀਤ ਸੁਣ ਸਕਦੇ ਹੋ ਕਿ ਜੇ ਹੁਣ ਮੈਂ ਇੱਕ ਲੋਕਡਾਊਨ ਦੀ ਗੱਲ ਕਰਾਂ ਕਿਉਂਕਿ ਇਸ ਵੇਲੇ ਚੱਲ ਰਿਹਾ ਆ ਇਹ ਸਾਰੇ ਜਿਹੜੇ ਵੱਡੇ ਤੋਂ ਵੱਡੇ ਸਿੰਗਰ ਉਹ ਵੀ ਘਰ ਬੈਠੇ ਆ ਸੋ ਇਹ ਕਿੱਦਾਂ ਦਾ ਸਮਾਂ ਨਿਕਲਿਆ ਕਿ ਜਾਂ ਮੈਂ ਇਹਦੇ ਵਿੱਚ ਇਹ ਵੀ ਤੁਹਾਡਾ ਸਵਾਲ ਬਣ ਜਾਂਦਾ ਕਿ ਜਿਹੜਾ ਰਿਆਜ਼ ਆ ਤੁਸੀਂ ਜੀ ਜੀ ਰਿਆਜ਼ ਕਿਉਂਕਿ ਇੱਕ ਹੁੰਦਾ ਕਿ ਜ਼ਿਆਦਾਤਰ ਜਦੋਂ ਪ੍ਰੋਗਰਾਮ ਹੁੰਦੇ ਆ ਉਸ ਸਮੇਂ ਇਹ ਕਾਫੀ ਟਾਈਮ ਨਹੀਂ ਮਿਲਦਾ ਕਲਾਕਾਰ ਨੂੰ ਰਿਆਜ਼ ਕਰਨ ਦਾ ਸੋ ਹੁਣ ਲੋਕਡਾਊਨ ਦੀ ਗੱਲ ਕਰਾਂ ਤਾਂ ਇਹਦੇ ਬਾਰੇ ਜ਼ਰੂਰ ਥੋੜ੍ਹਾ ਜਿਹਾ ਦੱਸਿਓ ਕਿ ਕਿਵੇਂ ਇਹ ਜਿਹੜਾ ਸਮਾਂ ਨਿਕਲਿਆ ਤੁਹਾਡਾ ਵੈਸੇ ਤਾਂ ਜਿਹੜਾ ਇਹ ਲੋਕਡਾਊਨ ਵਾਲਾ ਸਮਾਂ ਆ ਇਹ ਮੇਰੇ ਲਈ ਇਕੱਲੇ ਨਹੀਂ ਦੀ ਬਾਕੀ ਸਾਰੀ ਦੁਨੀਆ ਲਈ ਬਹੁਤ ਔਖਾ ਨਿਕਲਿਆ ਕਿਉਂਕਿ ਸਾਡੇ ਕਲਾਕਾਰ ਵੀਰ ਇਹ ਸਾਡੇ ਜਿੰਨੇ ਵੀ ਕਲਾਕਾਰ ਭਰਾ ਆ ਉਹ ਜ਼ਿਆਦਾ ਮਾੜਾ ਸਮਾਂ ਇਹ ਮੇਰੇ ਉਹਨਾਂ ਵੀਰਾਂ 'ਤੇ ਆਇਆ ਕਲਾਕਾਰਾਂ 'ਤੇ ਕਿਉਂਕਿ ਜਿਹੜੇ ਬਿਲਕੁਲ ਇੱਕਦਮ ਘਰ ਬੈਠ ਗਏ ਸਾਰੇ ਨਾ ਤੋ ਇਹ ਬਹੁਤ ਮਾੜਾ ਸਮਾਂ ਸਾਡੇ ਲਈ ਆਇਆ ਕਲਾਕਾਰ ਵੀਰਾਂ ਲਈ ਬਹੁਤ ਔਖਾ ਸਮਾਂ ਪਾਸ ਕੀਤਾ ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦੇ ਮੇਰੇ ਭਰਾਵਾਂ ਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਕਰਕੇ ਸਾਡਾ ਸਮਾਂ ਲੰਘਾਇਆ ਔਰ ਤੁਸੀਂ ਗੱਲ ਕੀਤੀ ਹੈ ਰਿਆਜ਼ ਦੀ ਬਾਕੀ ਰਿਆਜ਼ ਜਿਹੜਾ ਰਿਆਜ਼ ਵੀ ਇਹ ਲੋਕਡਾਊਨ ਵਿੱਚ ਪਹਿਲਾਂ ਤਾਂ ਕਈ ਮੇਰੇ ਕਲਾਕਾਰਾਂ ਨੇ ਸੀ ਉਹਦੇ ਰਿਆਜ਼ ਨਹੀਂ ਕੀਤਾ ਕਿਉਂਕਿ ਕਹਿੰਦੇ ਸੀ ਨਾ ਵੀ ਜਿਹੜੀ ਬਿਮਾਰੀ ਆ ਗਲੇ ਨੂੰ ਪੈਂਦੀ ਆ ਕਿਉਂਕਿ ਰਿਆਜ਼ ਕਰਦੇ ਸਮੇਂ ਗਲੇ ਨੂੰ ਕੁਛ ਹੋ ਜਾਵੇ ਨਾ ਅਸੀਂ ਸਭ ਮੈਂ ਨਹੀਂ ਇਕੱਲਾ ਸਾਰੀ ਦੁਨੀਆ ਡਰਦੀ ਸੀ ਗਲੇ ਨੂੰ ਬਚਾਉਂਦੀ ਸੀ ਹੈ ਨਾ ਥੋੜ੍ਹਾ ਸਮਾਂ ਤੁਹਾਡਾ ਇਸ ਤਰ੍ਹਾਂ ਲੱਗ ਪਿਆ ਵੀ ਰਿਆਜ਼ ਵੱਲ ਅਸੀਂ ਧਿਆਨ ਨਹੀਂ ਦਿੱਤਾ ਅੰਦਰ ਹੀ ਬੈਠੇ ਰਹਿਣਾ ਅਤੇ ਹੁਣ ਜਦੋਂ ਬਿਮਾਰੀ ਆਮ ਹੋ ਗਈ ਸਾਡੇ ਦਿਲ ਵਿੱਚੋਂ ਡਰ ਨਿਕਲ ਗਿਆ ਵੀ ਕਰੋਨਾ ਆ ਲੈਣ ਦਿਓ ਅਤੇ ਹੁਣ ਥੋੜ੍ਹਾ ਵਿਰਾਜ ਕਰ ਲਈਦਾ ਜੀ ਜਿਸ ਤਰ੍ਹਾਂ ਤੁਸੀਂ ਵੱਖ ਵੱਖ ਸਮੇਂ ਜ਼ਿਆਦਾਤਰ ਆਪਾਂ ਜਿਹੜੀ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਜਦੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ ਆਉਂਦਾ ਹੈ ਜੀ 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 ਉਸ ਸਮੇਂ ਤੁਸੀਂ ਦੇਖਿਆ ਹੋਣਾ ਕਿ ਵੱਖ ਵੱਖ ਥਾਵਾਂ 'ਤੇ ਬੜੇ ਹੀ ਉਤਸ਼ਾਹ ਨਾਲ ਸੰਗਤਾਂ ਵੱਲੋਂ ਮਨਾਇਆ ਜਾਂਦਾ ਹੈ ਜੀ ਜੀ ਤੁਸੀਂ ਵੱਖ ਵੱਖ ਥਾਂ 'ਤੇ ਇਹਨਾਂ ਉਸ ਦਿਨਾਂ ਵਿੱਚ ਜਾ ਕੇ ਜਦੋਂ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਆਉਂਦਾ ਪ੍ਰੋਗਰਾਮ ਵੀ ਲਾਉਂਦੇ ਹੋ ਕਿੱਦਾਂ ਦਾ ਰਿਸਪੋਂਸ ਮਿਲਦਾ ਅਤੇ ਕੁਛ ਥੋੜ੍ਹੀ ਬਹੁਤੀ ਕੋਈ ਇੱਦਾਂ ਦਾ ਕੋਈ ਤੁਹਾਨੂੰ ਯਾਦ ਹੈ ਕੋਈ ਜਿਹੜਾ ਕੋਈ ਤੁਹਾਨੂੰ ਇੰਸੀਡੈਂਟ ਇੱਦਾਂ ਦਾ ਹੋਇਆ ਹੋਵੇ ਜਿਹੜਾ ਤੁਹਾਨੂੰ ਯਾਦ ਹੋਵੇ ਕਿਸੇ ਪਿੰਡ ਵਿੱਚ ਜਾਂ ਕਹਿ ਸਕਦੇ ਹਾਂ ਕਿ ਜਿਹੜਾ ਇਹ ਇੱਕ ਹੁੰਦਾ ਨਹੀਂ ਕਿ ਜਿਹੜੀ ਦਿਲ ਨੂੰ ਲੱਗ ਜਾਂਦੀ ਗੱਲ ਕਿ ਉਸ ਥਾਂ 'ਤੇ ਜਿਸ ਸਮੇਂ ਤੁਸੀਂ ਪ੍ਰੋਗਰਾਮ ਕਰਨ ਗਏ ਤਾਂ ਉੱਥੇ ਹਜੂਮ ਇੰਨਾ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਗਿਆ ਕੋਈ ਇੱਦਾਂ ਦੀ ਯਾਦ ਹੈ ਕੋਈ ਤੁਹਾਡੀ ਵੈਸੇ ਸਾਹਿਬ ਸਤਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਬਹੁਤ ਥਾਵਾਂ 'ਤੇ ਜਾਣ ਦਾ ਮੌਕਾ ਮਿਲਿਆ ਔਰ ਅੱਜ ਤੱਕ ਮੇਰੀ ਸਤਿਗੁਰਾਂ ਦੀ ਪੂਰੀ ਇਹ ਸਤਿਗੁਰਾਂ ਦੀ ਕਿਰਪਾ ਜੀ ਵੀ ਜਿੱਥੇ ਵੀ ਜਿਹੜੇ ਨਗਰ ਵਿੱਚ ਅਸੀਂ ਸਤਿਗੁਰਾਂ ਦੀ ਮਹਿਮਾ ਗੁਣ ਗਏ ਹਾਂ ਉਹਨਾਂ ਸਾਰੇ ਨਗਰ ਵੱਲ ਬਹੁਤ ਸਾਰਾ ਸਤਿਕਾਰ ਬਹੁਤ ਸਾਰਾ ਪਿਆਰ ਮੇਰੇ ਲਈ ਉਹ ਸਾਰੇ ਨਗਰ ਸਾਰੇ ਪਿੰਡ ਸਾਰੇ ਸ਼ਹਿਰ ਮੇਰੇ ਲਈ ਉਹ ਮੈਨੂੰ ਬਿਲਕੁਲ ਯਾਦ ਨਹੀਂ ਜਿੱਥੇ ਮੈਨੂੰ ਸਤਿਗੁਰਾਂ ਦਾ ਪਿਆਰ ਮਿਲਿਆ ਕੋਈ ਇਸ ਤਰ੍ਹਾਂ ਦੀ ਘਟਨਾ ਮੇਰੇ ਨਾਲ ਮੈਂ ਕਿਉਂਕਿ ਮੈਨੂੰ ਹਰ ਪਾਸਿਓਂ ਬਰਾਬਰ ਪਿਆਰ ਮਿਲਿਆ ਬਹੁਤ ਸ਼ਰਧਾ ਮਿਲੀ ਸਾਰੇ ਲੋਕਾਂ ਦੀ ਹਾਂਜੀ ਹਾਂਜੀ ਬਹੁਤ ਸਾਰੇ ਇਸ ਤਰ੍ਹਾਂ ਬਹੁਤ ਸਾਰੇ ਸ਼ਬਦ ਆ ਮੇਰੇ ਜਿਹੜੇ ਮੈਂ ਸਤਿਗੁਰਾਂ ਦੇ ਮਹਿਮਾਨ ਨੂੰ ਰਿਕਾਰਡ ਕੀਤੀ ਹੈ ਜੀ ਇੱਕ ਅਸੀਂ ਨਾ ਜੋ ਸਾਡੇ ਇਹ ਜ਼ਰੂਰੀ ਵੀ ਹੈ ਸਾਡੀ ਸਾਰੀ ਕੌਮ ਲਈ ਸਾਡੇ ਉਹ ਦਿਲ ਵਿੱਚ ਹੋਣਾ ਚਾਹੀਦਾ ਹੈ ਰਾਜ ਜਿਹੜਾ ਵੀ ਸਾਡੀ ਜਿਹੜੀ ਕੌਮ ਆ ਉਹ ਇੱਕ ਰਾਜ ਹੋਣਾ ਚਾਹੀਦਾ ਹੈ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਡੇ ਨਾਲ ਜੋੜ ਦਵਾਂ ਗੱਲ ਨੂੰ ਕਿਉਂਕਿ ਸਾਡੇ ਲੋਕਾਂ ਨੂੰ ਸ਼ਾਇਦ ਕਿਤੇ ਨਾ ਕਿਤੇ ਆਪਣੇ ਸਮਾਜ ਦੀ ਤਰਾਸਦੀ ਕਹਿ ਸਕਦੇ ਕਿ ਵੀਰ ਮੋਟ ਵੀ ਨਹੀਂ ਲੱਭ ਸਕੇ ਜਿਹੜੇ ਸਾਡੇ ਮਹਾਂਪੁਰਸ਼ਾਂ ਦਾ ਸੀਗਾ ਉਹਨਾਂ ਦਾ ਇਹੀ ਸੀਗਾ ਜਿਹੜੀ ਸਾਡੀ ਇਹ ਸਾਡਾ ਜਿਹੜਾ ਮੇਨ ਮਕਸਦ ਉਹ ਇਹੀ ਹੋਣਾ ਚਾਹੀਦਾ ਕਿ ਜਿਹੜਾ ਰਾਜ ਹੈ ਜਦ ਤੱਕ ਰਾਜ ਨਹੀਂ ਆਉਂਦਾ ਉਦੋਂ ਤੱਕ ਜਿਹੜੇ ਆਪਣੇ ਨਾਲ ਜਾਂ ਹੁਣ ਵੀ ਜਿਹੜੀਆਂ ਵਧੀਕੀਆਂ ਹੋ ਰਹੀਆਂ ਆ ਉਹਦਾ ਹੱਲ ਨਹੀਂ ਨਿਕਲਣਾ ਜੀ ਜੀ ਸੋ ਇਹ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਲੋਕਾਂ ਨੂੰ ਇਹ ਤੋਂ ਜਾਣੂ ਹੋਣਾ ਚਾਹੀਦਾ ਆ ਸੋ ਪਲੀਜ਼ ਜਿਹੜਾ ਤੁਸੀਂ ਕਹਿੰਦੇ ਸੀ ਹਾਂਜੀ ਇੱਕ ਬਹੁਤ ਪਿਆਰਾ ਸ਼ਬਦ ਹੈ ਜੀ ਅਰਜ ਸਤਿਗੁਰਾਂ ਦੇ ਮੇਰੇ ਰਾਣਾ ਸੂਫੀ ਪਿੰਡੀ ਬਹੁਤ ਅੱਛੇ ਗੀਤਕਾਰ ਨੇ ਉਹਨਾਂ ਦਾ ਲਿਖਿਆ ਸ਼ਬਦ ਹੈ ਮੈਂ 2010 ਵਿੱਚ ਰਿਕਾਰਡ ਕਰਾਇਆ ਸੀਗਾ ਜੀ ਮੈਂ ਤੁਹਾਡੇ ਜ਼ਰੂਰ ਕਰਨ ਲੱਗਿਆ ਜੀ ਨਾ ਦੁੱਧ ਮੰਗੀਏ ਨਾ ਪੁੱਤ ਮੰਗੀਏ ਨਾ ਦੁੱਧ ਮੰਗੀਏ ਨਾ ਪੁੱਤ ਮੰਗੀਏ ਅਸੀਂ ਵੱਖਰਾ ਹੀ ਮੰਗਣੇ ਆਈਦਾ ਸਾਡੀ ਅਰਜ ਸੁਣੋ ਰਵਿਦਾਸ ਗੁਰੂ ਸਾਨੂੰ ਰਾਜ ਭਾਗ ਹੈ ਚਾਹੀਦਾ ਸਾਡੀ ਅਰਜ ਸੁਣੋ ਰਵਿਦਾਸ ਗੁਰੂ ਸਾਨੂੰ ਰਾਜ ਭਾਗ ਹੈ ਚਾਹੀਦਾ ਹੁਣ ਭੇਡਾਂ ਨਹੀਂ ਮਧੂ ਮੱਖੀਆਂ ਵਾਂਗ ਅਸੀਂ ਵੀ ਜੀਣਾ ਸਿੱਖ ਲਿਆ ਇਹ ਕੌਮ ਇਹ ਜਾਮ ਸ਼ਹਾਦਤ ਵਾਲਾ ਵੀ ਕੌਮ ਲਈ ਪੀਣਾ ਸਿੱਖ ਲਿਆ ਤੇਰੀ ਸੋਚ ਤੇ ਪੈਰਾ ਦਿੰਦੇ ਹਾਂ ਤੇਰੀ ਸੋਚ ਤੇ ਪੈਰਾ ਦਿੰਦੇ ਹਾਂ ਨਹੀਂ ਕਿਸੇ ਤੋਂ ਵੀ ਖਬਰਾਈਦਾ ਸਾਡੀ ਅਰਜ ਸੁਣੋ ਰਵਿਦਾਸ ਗੁਰੂ ਸਾਨੂੰ ਰਾਜ ਭਾਗ ਹੈ ਚਾਹੀਦਾ ਸੱਚਮੁੱਚ ਹੀ ਹੱਲੇ ਵੀ ਸਾਨੂੰ ਸਾਡੇ ਸਮਾਜ ਨੂੰ ਉਹਨਾਂ ਦੀ ਰਹਿਬਰਾਂ ਦੀ ਸੋਚ ਉੱਤੇ ਪਹਿਰਾ ਦੇਣ ਦੀ ਲੋੜ ਆ ਸੋ ਤੁਸੀਂ ਆਪਾਂ ਗੱਲਾਂ ਬਾਤਾਂ ਵਿੱਚ ਇੰਨੇ ਮਸ਼ਰੂਫ ਹੋ ਗਏ ਕਿ ਟਾਈਮ ਦਾ ਪਤਾ ਨਹੀਂ ਲੱਗਾ ਜਦੋਂ ਨਿਕਲ ਗਿਆ ਸੋ ਲਾਸਟ ਵਿੱਚ ਪਹਿਲਾਂ ਤਾਂ ਕੰਚ ਟੀਮ ਦੀ ਪੂਰੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢ ਕੇ ਸਾਡੇ ਲਈ ਆਏ ਸੋ ਲਾਸਟ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਵਿੱਚ ਇੱਕ ਸ਼ਬਦ ਜ਼ਰੂਰ ਹੋ ਜਾਵੇ
ਸੋ ਲਾਸਟ ਵਿੱਚ ਇਹ ਤੁਸੀਂ ਸਾਡੇ ਦਰਸ਼ਕਾਂ ਨੂੰ ਪਹਿਲਾਂ ਇਹ ਕੁਛ ਕੁ ਆਪਣੇ ਵੱਲੋਂ ਜਿਹੜਾ ਮੈਸੇਜ ਦੇਣਾ ਚਾਹੁੰਦੇ ਹੋ ਜ਼ਰੂਰ ਦਿਓ ਅਤੇ ਉਸ ਤੋਂ ਬਾਅਦ ਇੱਕ ਸ਼ਬਦ ਅਤੇ ਉਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ। ਲਾਸਟ ਵਿੱਚ ਮੈਂ ਜੀ ਇਹ ਸਾਰੀ ਕਾਂਛੀ ਟੀਵੀ ਦੀ ਪੂਰੀ ਟੀਮ ਉਹਨਾਂ ਦਾ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਾਂ ਕਿ ਮੈਨੂੰ ਇਹ ਨਿਮਾਣੇ ਜਿਹੇ ਨੂੰ ਮੈਨੂੰ ਇਹ ਤੁਸੀਂ ਮੌਕਾ ਦਿੱਤਾ ਹੈ, ਸਮਾਂ ਦਿੱਤਾ ਹੈ ਆਪਣੇ ਚੈਨਲ 'ਤੇ ਆਉਣ ਦਾ। ਮੈਂ ਕਾਂਛੀ ਟੀਵੀ ਸਾਰੀ ਟੀਮ ਦਾ ਸ਼ੁਕਰ ਗੁਜ਼ਾਰ ਹਾਂ। ਇਹ ਕੁਛ ਕੁ ਨਾਮ ਨੇ ਜੀ ਜਿਨ੍ਹਾਂ ਦੇ ਮੈਂ ਉਹ ਨਾਮ ਜ਼ਰੂਰੀ ਸਮਝਦਾ, ਜਿੱਦਾਂ ਕਿ ਨਾ ਇਹਨਾਂ ਦਾ ਬਹੁਤ ਸਾਰਾ ਸਤਿਕਾਰ, ਬਹੁਤ ਸਾਰੇ ਜ਼ਰੂਰ ਮੈਂ ਗਾਇਆ ਜੀ। ਇਹ ਸਾਡੇ ਸਭ ਤੋਂ ਪਹਿਲਾਂ ਜਿਹੜੀ ਮੈਂ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਜੀ ਲਿਖਣ ਤੋਂ, ਇੱਕ ਜਿਹੜੀ ਕਿ ਸਾਡੇ ਬਹੁਤ ਸਾਡੇ ਨਗਰ ਦੇ ਬਹੁਤ ਅੱਛੇ ਗੀਤਕਾਰ ਨੇ ਜੀ, ਇਹ ਪ੍ਰੇਮੀ ਸੰਧਵਾ ਵਾਲਾ ਜੀ, ਉਹਨਾਂ ਦੇ ਸ਼ੁਕਰ ਗੁਜ਼ਾਰ ਜਿਹਨਾਂ ਦੇ ਬਹੁਤ ਸਾਰੇ ਸ਼ਬਦ ਮੈਂ ਜੀ ਉਹ ਗੀਤ ਗਾਏ ਆ ਜੀ। ਇਹ ਅਲਮਸਤ ਦੇਸੋਪੁਰੀ ਸਾਹਿਬ, ਇੰਦਰਜੀਤ ਘੁੰਮਣ ਸਾਹਿਬ, ਇਹ ਦਰਦੀ ਸੰਧਵਾ ਵਾਲਾ ਜੀ, ਇਹ ਰਾਣਾ ਚੱਕ ਵਿੜਨਾ ਜੀ, ਫਰਜੀ ਸਰੂਪ ਮੁਕੰਦਪੁਰੀ ਜੀ, ਔਰ ਇਹ ਸੋਖੀ ਸੁਣਨ ਵਾਲਾ ਜੀ ਮੱਖਣ ਲੁਹਾਰ ਜੀ, ਗੁਰਮੁਖ ਲੁਹਾਰ ਜੀ, ਔਰ ਇਹ ਭਿੰਦਰ ਖਾਨਪੁਰੀ ਸਾਹਿਬ, ਮੱਖਣ ਮੋਨਾ ਜੀ, ਬਲਦੇਵ ਬੰਗਾ ਜੀ, ਬਿੱਟੂ ਲਾਲਪੁਰ ਜੀ, ਔਰ ਸੋਨੂੰ ਬਾਹੋਵਾਲ ਜੀ, ਔਰ ਸ਼ਿਵ ਹੀਰਾ ਮੇਰੇ ਵੱਡੇ ਵੀਰ ਜੀ ਆ ਜੀ, ਔਰ ਬਹੁਤ ਸਾਰੇ ਗੀਤਕਾਰ ਨੇ ਸਾਡੇ ਦਾਦੀ ਸਮਾਂ ਵਾਲਾ ਜੀ। ਮੈਂ ਸਾਰਿਆਂ ਦੇ ਸ਼ੁਕਰ ਗੁਜ਼ਾਰ ਹਾਂ ਇਹਨਾਂ ਸਾਰੇ ਗੀਤਕਾਰਾਂ ਜਿਨ੍ਹਾਂ ਨੇ ਮੈਨੂੰ ਬਹੁਤ ਸਾਰਾ ਪਿਆਰ ਅਤੇ ਬਹੁਤ ਸਾਰਾ ਸਤਿਕਾਰ ਬਖਸ਼ਿਆ ਹੈ। ਸੋ ਮੈਂ ਲਾਸਟ ਵਿੱਚ ਇੱਕ ਬੇਨਤੀ ਕਰਨੀ ਸਾਡੀ ਸਾਰੀਆਂ ਸੰਗਤਾਂ ਨੂੰ, ਸਾਡੀ ਸਾਰੀ ਔਡੀਅੰਸ ਨੂੰ, ਸਾਡੇ ਸਾਡੇ ਕੌਮ ਨੂੰ ਕਿ ਜੋ ਸਾਡੇ ਸਤਿਗੁਰਾਂ ਦੇ ਰਹਿਬਰਾਂ ਦੇ ਫਰਮਾਏ ਸ਼ਬਦ ਆ, ਉਹਨਾਂ ਦੇ ਜੋ ਸਾਨੂੰ ਕਹਿਣੇ ਆ, ਜੇ ਅਸੀਂ ਉਹਨਾਂ ਕਹਿਣਿਆਂ 'ਤੇ ਖਰਾ ਉਤਰਾਂਗੇ। ਜਿਹੜੇ ਆਪਾਂ ਬੇਗਮਪੁਰੇ ਦੀ ਗੱਲ ਕਰਦੇ ਹਾਂ, ਉਹ ਬੇਗਮਪੁਰਾ ਵਸਿਆ ਆ, ਬਸ ਸਾਡੀ ਉਹ ਸਾਡੀ ਬੇਅਤ ਬਾਕੀ ਨਾਲ ਬੇਗਮਪੁਰਾ ਇਸ ਤਰ੍ਹਾਂ ਆ, ਜਦੋਂ ਅਸੀਂ ਇਕੱਠੇ ਹੋ ਗਏ ਬੇਗਮਪੁਰਾ ਬਚ ਜਾਣਾ। ਸੋ ਮੈਂ ਇਹ ਲਾਸਟ ਵਿੱਚ ਮੈਂ ਦੋ ਮੇਰਾ ਇੱਕ ਸ਼ਬਦ ਆਇਆ ਸੀਗਾ ਜੀ, ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ, ਉਹਨਾਂ ਨੇ ਆਪਣਾ ਸਿਫਤ ਕੀਤੀ ਇੱਕ ਸ਼ਬਦ ਵਿੱਚ, ਮੈਂ ਸਾਡੇ ਥੋੜ੍ਹਾ ਰੂਬਰੂ ਕਰਨ ਲੱਗਾ ਜੀ, ਦੋ ਰਹਿਬਰਾਂ ਦੋ ਮਸੀਹਾਂ ਦੀ ਗੱਲ ਕਰਨ ਲੱਗਾ ਜੀ। ਉਹ ਦੋ ਰਹਿਬਰ ਮਸੀਹੇ ਜਿਨ੍ਹਾਂ ਕੀਤੀ ਉੱਚੀ ਸ਼ਾਨ, ਇੱਕ ਗੁਰੂ ਰਵਿਦਾਸ ਤੇ ਦੂਜਾ ਭੀਮ ਵਿਦਵਾਨ, ਦੋ ਰਹਿਬਰ ਮਸੀਹੇ ਜਿਨ੍ਹਾਂ ਕੀਤੀ ਉੱਚੀ ਸ਼ਾਨ, ਉਹ ਇੱਕ ਧਰਮ ਦਾ ਆਗੂ ਤੇ ਦੂਜਾ ਰਾਜਨੀਤੀ ਵਾਲਾ, ਦੋਹਾਂ ਆਣ ਕੇ ਹਨੇਰਿਆਂ 'ਚ ਉਹ ਕੀਤਾ ਇਹ ਉਜਾਲਾ, ਉਹ ਇੱਕ ਲਿਖ ਗਿਆ ਬਾਣੀ, ਉਹ ਇੱਕ ਲਿਖ ਗਿਆ ਬਾਣੀ ਤੇ ਦੂਜਾ ਹਿੰਦ ਸੰਵਿਧਾਨ, ਉਹ ਦੋ ਰਹਿਬਰ ਮਸੀਹੇ ਜਿਨ੍ਹਾਂ ਕੀਤੀ ਉੱਚੀ ਸ਼ਾਨ। ਸੋ ਬਹੁਤ ਬਹੁਤ ਧੰਨਵਾਦ ਜਸਵੰਤ ਹੀਰਾ ਜੀ। ਸੋ ਕੰਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨਾਲ ਅਸੀਂ ਫਿਰ ਤੋਂ ਵਾਅਦਾ ਕਰਦੇ ਹਾਂ ਕਿ ਇਸ ਪ੍ਰੋਗਰਾਮ ਜਰੀਏ ਅਸੀਂ ਅੱਗੇ ਵੀ ਹੋਰ ਵੱਡੀਆਂ ਵੱਡੀਆਂ ਚੀਜ਼ਾਂ ਤੁਹਾਡੇ ਰੂਬਰੂ ਕਰਦੇ ਰਹਾਂਗੇ। ਇਹ ਹੁਣ ਤੱਕ ਲਈ ਮੈਨੂੰ ਅਤੇ ਜਸਵੰਤ ਹੀਰਾ ਜੀ ਨੂੰ ਦਿਓ ਇਜਾਜ਼ਤ। ਜੈ ਗੁਰੂਦੇਵ, ਧੰਨ ਗੁਰਦੇਵ।